ਤਾਂ ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਘਰ ਦੇ ਬਾਹਰ ਇੱਕ ਬਜ਼ੁਰਗ ਮਹਿਲਾ ਝਾੜੂ ਲਗਾ ਰਹੀ ਹੁੰਦੀ ਹੈ ਤਾਂ ਪਿੱਛੋਂ ਆ ਕੇ ਤੇਜ਼ ਰਫ਼ਤਾਰ ਸਕੋਰਪੀਓ ਦਰੜ ਦਿੰਦੀ ਹੈ ਜਿਸ ਕਾਰਨ ਬਜ਼ੁਰਗ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਤਾਂ ਟੱਕਰ ਤੋਂ ਬਾਅਦ ਇਹ ਸਕੋਰਪੀਓ ਸਵਾਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ 75 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਿਓ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਤੇਜ਼ ਰਫ਼ਤਾਰ ਸਕੋਰਪੀਓ ਨੇ ਇੱਕ 75 ਸਾਲਾ ਬਜ਼ੁਰਗ ਮਹਿਲਾ ਨੂੰ ਦਰੜ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਤਾਂ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਦ ਬਜ਼ੁਰਗ ਮਹਿਲਾ ਘਰ ਦੇ ਬਾਹਰ ਝਾੜੂ ਲਗਾ ਕੇ ਸਫਾਈ ਕਰ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਸਕੋਰਪੀਓ ਨੇ ਬਜ਼ੁਰਗ ਮਹਿਲਾ ਨੂੰ ਕੁਚਲ ਦਿੱਤਾ ਤਾਂ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਜਾਣਕਾਰੀ ਮੁਤਾਬਕ ਸਕੋਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪਰਿਵਾਰ ਦੇ ਵੱਲੋਂ ਬਜ਼ੁਰਗ ਮਹਿਲਾ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਸੀ ਪਰ ਉਸਦੀ ਮੌਤ ਹੋ ਚੁੱਕੀ ਸੀ ਤਾਂ ਬਜ਼ੁਰਗ ਮਹਿਲਾ ਦੀ ਲਾਸ਼ ਨੂੰ ਹੁਣ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ ਤਾਂ ਪਰਿਵਾਰ ਨੇ ਹੁਣ ਸਕੋਰਪੀਓ ਚਾਲਕ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਵੱਡਾ ਹਾਦਸਾ ਹੋਇਆ ਜਿੱਥੇ ਘਰ ਦੇ ਬਾਹਰ ਬਜ਼ੁਰਗ ਮਹਿਲਾ ਝਾੜੂ ਲਗਾ ਰਹੀ ਹੁੰਦੀ ਹੈ ਸਫਾਈ ਕਰ ਰਹੀ ਸੀ ਤਾਂ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਸਕੋਰਪੀਓ ਕਾਰ ਨੇ ਟੱਕਰ ਮਾਰ ਕੇ ਉਸ ਬਜ਼ੁਰਗ ਮਹਿਲਾ ਦੀ ਜਾਨ ਲੈ ਲਈ। ਲੋਹਾ ਸੈੱਟ ਕਰਦੇ ਪਏ ਉੱਥੇ ਆਇਆ ਗੱਡੀ ਬਹੁਤ ਤੇਜ਼ ਆਈ ਸਕਾਰਪੀਓ ਉਹਨੇ ਉੱਪਰ ਹੀ ਚੜਾ ਦਿੱਤੀ ਪਿੱਛੋਂ ਗਿਆ ਬਾਹਰ ਗੋਹਾ ਧੱਪਦੇ ਦੇ ਹਾਂਜੀ ਸਕਾਰਪੀਓ ਕਿੱਧਰੋਂ ਆ ਰਹੀ ਸੀ ਸਕਾਰਪੀਓ ਅੱਛੇ ਵਾਲੇ ਸਾਈਡ ਤੋਂ ਆ ਰਹੀ ਸੀ ਬਹੁਤ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਘੱਟ ਤੋਂ ਘੱਟ 100-125 ਸਪੀਡ ਤੋਂ ਲੰਘੀ ਹੋਈ ਸਤੋਲਾ ਨੇ ਵਿਗੜਿਆ ਜਾਂ ਉੱਪਰ ਹੀ ਚੜਾ ਦਿੱਤੀ ਉਹਨੇ ਨਹੀਂ ਸਰ ਉੱਪਰ ਹੀ ਚੜਾ ਦਿੱਤੀ ਸੀਟ ਬਾਹਰ ਡੈਥ ਹੋ ਗਈ ਹਾਂਜੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਸਰ ਇਹ ਮਾਤਾ ਬਾਹਰ ਯਾਨੀ ਕਿ ਬਾਹਰ ਮਾਂਜਾ ਝਾੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਹੈ ਬੜੀ ਤੇਜ਼ ਆ ਸਕੋਰਪੀਓ ਗੱਡੀ ਹੈ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਯਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਪਰਵਾਹੀ ਹਾਂ ਲਾਪਰਵਾਹੀ ਬਹੁਤ ਨਸ਼ਾ ਨਸ਼ੇ ਨਾਲ ਧੁੱਤ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਹੀ ਬੰਦਾ ਇੱਕ ਹੀ ਬੰਦਾ ਚਲਾ ਰਿਹਾ ਹੈ ਹਾਂ ਸਤਗੇ ਵਾਲੇ ਦਾ ਬੰਦਾ ਪਤਾ ਲੱਗ ਗਿਆ ਅੱਛਾ ਇੱਕ ਹੀ ਬੰਦਾ ਚਲਾ ਰਿਹਾ ਸੀ ਹਾਂਜੀ ਪੋਸਟਮਾਰਟਮ ਲਈ ਪਹੁੰਚ ਵਿੱਚ ਹਾਂ ਅਗਲੀ ਕਾਰਵਾਈ ਕੀ ਨਾਮ ਦੱਸੋ ਆਪਣਾ